अस्सलामुअलैकुम जी। डॉक्टर साहब कितने ने? जी डॉक्टर साहब कितने ने? उम्र तो दस ना पहले आवाज रह तो नहीं कोई ताड़ी पीछे जी कुछ रह तो नहीं गया सर बीमारी का मजाक तो ना उड़ा बीमारी का मजाक सर मैं डॉक्टर गोलगप्पे लाके बैठा हूं डॉक्टर ਤੁਸੀਂ ਹੋ ਜੀ ਕੀ ਮਸਲਾ ਕੀ ਤੁਹਾਨੂੰ ਇਸ ਤੋਂ ਇਲਾਵਾ ਹਾਏ ਹਾਏ ਮਾਂ ਮੇਰੀ ਇਹ ਆਏ ਨੇ ਨਾਲ ਜੀ ਨਾਲ ਆਏ ਨੇ ਮਾਂ ਨੂੰ ਯਾਦ ਸੇ ਯਾਦ ਕਰ ਰਹੇ ਹੋ ਸਰ ਤਕਲੀਫ ਵੇਲੇ ਮਾਂ ਨੂੰ ਯਾਦ ਕਰੀਦਾ ਓਏ ਹੋਏ ਹੋ ਤੂੰ ਕਾਫੀ ਤਕਲੀਫ ਤੋਂ ਹਾਂ ਬਹੁਤ ਪਰੇਸ਼ਾਨੀ ਹੈ ਜੀ ਡਾਕਟਰ ਪਾਣੀ ਉੱਠ ਲੱਗ ਰਹੀ ਚੇਰੀ ਹਾਏ ਓਏ ਹੈ ਜੀ ਹਾਏ ਮੈਂ ਮਰ ਗਿਆ ਇਹ ਰਾਤੀ ਮੁਜਰਾ ਕਰਦੇ ਰਹੇ ਜੀ ਕਮਰ ਦੁਖੀ ਤਾਂ ਦੇਖੀ ਮੈਂ ਮਰੀਜ਼ ਹਾਂ ਕਿ ਮੈਂ ਜੋਧਾ ਭਾਈ ਹਾਂ ਅੱਛਾ ਨਹੀਂ ਮਸਲਾ ਦੱਸੋਗੇ ਜੇ ਪਤਾ ਲੱਗੇਗਾ ਨਾ ਕੀ ਗੱਲ ਡਾਕਟਰ ਸਾਹਿਬ ਕੋਈ ਸਮਝ ਨਹੀਂ ਆਉਂ ਰਹੀ ਨਹੀਂ ਆ ਰਹੀ ਹਾਂਜੀ ਕੁਝ ਵਿਚਾਰ ਦਿਨ ਠਹਿਰ ਕੇ ਆ ਜਾਓ ਯਾਦ ਕਰ ਲਓ ਜੀ ਉਹਨੂੰ ਆ ਕੇ ਦੱਸ ਦੇਣਾ ਵੀ ਆਹ ਗੱਲ ਸੀ ਸਮਝ ਆਏਗੀ ਤੇ ਸਾਹਿਬ ਮੈਨੂੰ ਬਹੁਤ ਪ੍ਰੋਬਲਮ ਜੇ ਹੈ ਕੀ ਹੋ ਗਈ ਰਿਹਾ ਬਸ ਉਹ ਕਿਸੇ ਸਮੋਸੇ ਖਾ ਬੈਠਾ ਕੀ ਸਮੋਸੇ ਖਾ ਬੈਠਾ ਖਰਾਬ ਖਾ ਲਏ ਸੀ ਉਹਨਾਂ ਨੇ ਮਸਲਾ ਹੁੰਦਾ ਦਾਦਾ ਆਲੂ ਅੰਦਰ ਫਿਰਨ ਰਿਹਾ ਹੈ ਆਲੂ ਤੇ ਸਮੋਸੇ 'ਚ ਆਲੂ ਹੋਣੇ ਸੀ ਉਹ ਸ਼ੁਤਰ ਮੁਰਗ ਹੋਣਾ ਸੀ ਆਲੂ ਫਿਰਨ ਰਹੇ ਸਰ ਉਹ ਇੰਜ ਫਿਰ ਰਿਹਾ ਜਿਵੇਂ ਮੋਟਰ ਵੇ ਤੇ ਗੱਡੀ ਨਹੀਂ ਫਿਰਦੀ ਓਏ ਹੋਏ ਹੋਏ 120 ਦੀ ਸਪੀਡ ਤੇ ਆਲੂ ਫਿਰ ਰਿਹਾ ਓਏ ਬਹੁਤ ਬੁਰਾ ਹਾਲ ਹੋਇਆ ਡਾਕਟਰ ਸਾਹਿਬ ਓਏ ਹੋਏ ਅਏ ਕਿੰਨੇ ਸਮੋਸੇ ਖਾ ਬੈਠੇ ਹੋ ਸਮੋਸੇ ਤਾਂ ਮੈਂ ਦੋ ਹੀ ਖਾਦੇ ਨੇ ਅੱਛਾ ਦੋ ਦੋ ਕਰਕੇ ਕਿੰਨੇ ਸਰ ਦੋ ਖਾਦੇ ਨੇ ਖਾਦੇ ਹੀ ਦੋ ਨੇ ਮੈਂ ਕਿਹਾ ਬਸ ਦੋ ਦੋ ਕਰਕੇ ਬਾਅਦ ਚ ਤੇ ਮੈਂ ਕਸਮ ਖਾ ਲਈ ਪੰਚਾਇਤ ਸਮੋਸੇ ਖਾਦੇ ਨੇ ਜੀ ਕਸਮ ਕਿਉਂ ਖਾਦੀ ਤੁਸੀਂ ਡਾਕਟਰ ਸਾਹਿਬ ਹੀ ਹੋ ਜਾਂ ਕੋਈ ਬੇਵਕੂਫ ਆਦਮੀ ਹੋ ਯਾਰ ਮੈਨੂੰ ਦੱਸੋਗੇ ਜੇ ਪਤਾ ਲੱਗੇਗਾ ਫਾਇਰ ਬਿਮਾਰੀ ਕੀ ਤਾਂ ਸ਼ਕਲੋ ਤੇ ਤੁਸੀਂ ਮੈਨੂੰ ਡਾਕਟਰ ਲੱਗੇ ਨਹੀਂ ਰਹੇ ਸ਼ਕਲੋ ਤੁਸੀਂ ਮੈਨੂੰ ਮਰੀਜ਼ ਨਹੀਂ ਲੱਗ ਰਹੇ ਮਰਨ ਵਾਲੇ ਦਾ ਦੋਸਤ ਲੱਗ ਰਹੇ ਜੀ ਹਾਂਜੀ ਕੀ ਹੋਇਆ ਕੀ ਸਰ ਬਸ ਨਾ ਕੁਝ ਵੱਖੀ ਚ ਵੀ ਦਰਦ ਹੈ ਵੱਖੀ ਚ ਵੀ ਅੰਦਰ ਫੇਫੜੇ ਜਿਹੜੇ ਨੇ ਨਾ ਉਹਨਾਂ ਚ ਲੱਗਦਾ ਕਿ ਹਵਾ ਭਰੀ ਗਈ ਹੈ ਓਏ ਹੋਏ ਹੋਏ ਤੁਹਾਡੇ ਅੰਦਰ ਫੇਫੜੇ ਨੇ ਆ ਪਕਾਲੇ ਨੇ ਜੀ ਹਵਾ ਕਿ ਹਵਾ ਭਰੀ ਗਈ ਅੰਦਰ ਜੀ ਜੀ ਫੇਫੜੇ ਗੈਸ ਫੀਲ ਹੋ ਰਹੀ ਤੁਹਾਨੂੰ ਗੈਸ ਫੀਲ ਹੋ ਗੈਸ ਟ੍ਰਬਲ ਫੀਲ ਹੋ ਰਹੀ ਹੈ ਜੀ ਉੱਤੇ ਨੂੰ ਚੜ੍ਹ ਦਈਏ ਹੈ ਉੱਤੇ ਨੂੰ ਚੜ੍ਹ ਦਈਏ ਉੱਤੇ ਨੂੰ ਚੜ੍ਹ ਦਈਏ ਚਬਾਰੇ ਦੇ ਮੈਂ ਚੜੀ ਚਬਾਰੇ ਗੈਸ ਦੇ ਤੇ ਲੈ ਕੇ ਤੇਰਾ ਨਹੀਂ ਹੁਣ ਚਬਾਰੇ ਤੇ ਗੁੜੀ ਬਣਾਉਣੀ ਹੈ ਅੱਛਾ ਉੱਤੇ ਨੂੰ ਚੜ੍ਹ ਦਈਏ ਗੈਸ ਜੀ ਜੀ ਤੋਂ ਦਿਲ ਨੂੰ ਨਾ ਆ ਕੇ ਦਰਦ ਸ਼ੁਰੂ ਹੋ ਜਾਂਦੀ ਹੈ ਓਏ ਹੋਏ ਓਏ ਹੁੰਦਾ ਹੈ ਗੈਸ ਟ੍ਰਬਲ ਚ ਨਾ ਜੀ 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 ਸਿਰ ਵਿੱਚ ਕਰਾਂਦਾ ਸਿਰ ਵਿੱਚ ਕਰਾਂਦਾ ਜੀ ਭਾਰਾਪਨ ਤਬੀਅਤ ਚ ਹਾਂਜੀ ਬਹੁਤ ਭਾਰਾ ਹੋ ਜਾਂਦਾ ਸਿਰ ਮੇਰਾ ਹੈ ਤਾਂ ਜੀ ਓਏ ਹੋਏ ਕਿਉਂਕਿ ਸਿਰਾਂ ਨਾਲ ਹੀ ਸਰਦਾਰੀ ਹੁੰਦੀ ਆ ਜੀ ਹੈ ਬੱਚੇ ਲੈ ਮੇਰੇ ਮੈਂ ਫਿਕਰ ਚ ਪੈ ਗਿਆ ਬਿਮਾਰੀ ਮੇਰਾ ਕੰਮ ਦਾ ਟਾਈਮ ਹੀ ਮੈਨੂੰ ਰਵਾਈ ਨਾ ਹੋਏ ਮੈਂ ਤੁਹਾਨੂੰ ਦੱਸਾਂ ਖੁਦਾ ਨਹੀਂ ਕਰ ਬੱਚੇ ਨੇ ਮੇਰੇ ਕੀ ਦੱਸਾਂ ਤੁਹਾਨੂੰ ਪਰੇਸ਼ਾਨੀ ਪੈ ਗਈ ਹੈ ਮੈਨੂੰ ਕਿਤੇ ਹੈ ਅਟੈਕ ਦਾ ਕੋਈ ਮਾਮਲਾ ਨਾ ਹੋ ਜਾਏ ਯਾਰ ਤੂੰ ਹਸਪਤਾਲ ਆਇਆ ਕਿ ਯਤੀਮ ਖਾਨੇ ਆਇਆ ਤੂੰ ਕਿਉਂ ਸੁਣਾਈ ਜਾਂਦਾ ਬੱਚੇ ਨੂੰ ਸਰ ਬੱਚੇ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਮੇਰੇ ਮਾਸ਼ਾਅੱਲਾ 7 ਨੇ ਜੀ ਮਾਸ਼ਾਅੱਲਾ 7 ਬੱਚੇ ਨੇ ਜੀ ਪਰ ਬਿਮਾਰੀਆਂ ਹੀ ਹੋਣੀਆਂ ਫਿਰ ਜੀ ਛੁੱਟੀ ਕਰੀ ਦਿੰਦੀ ਭਾਈ ਜੀ ਵਿੱਚ ਭਾਜੀ ਸਤੇ ਖਰਾ ਨੇ ਸਰ ਸਤੇ ਖਰਾ ਨੇ ਆਏ ਜਰਾ ਚੈੱਕ ਕਰੋ ਪ੍ਰੋਬਲਮ ਕੀ ਹੈ ਮੈਂ ਤੁਹਾਨੂੰ 1 ਮਿੰਟ ਜਰਾ ਠਹਿਰ ਆਏ ਓਏ ਹੋਏ ਆਏ ਇਹ ਕੀ ਪਾਣੀ ਦਾ ਫੋਰ ਹੈ ਭਾਜੀ ਕਿ ਸ਼ੇਪ ਕਰਾਉਣ ਆਏ ਡਾਕਟਰ ਸਾਹਿਬ ਅੱਛਾ ਤੇ ਜਰਾ ਜਰਾ ਇੱਧਰ ਵੇਖੋ ਹਾਂਜੀ ਕਿ ਫੈਰ ਮਾਰਨ ਲੱਗੇ ਤੇਰਾ ਬੇੜਾ ਅਗਰ ਕੋ ਤੇਰਾ ਕੀ ਹੈ ਜੀ ਦਿਮਾਗ ਚ ਮੈਨੂੰ ਗਾਲਾਂ ਕੱਢ ਰਹੇ ਹੋ ਹੈ ਹੈ ਇਹ ਬੁਖਾਰ ਆ ਲਾ ਠਹਿਰ ਬੇੜਾ ਅੱਛਾ ਜੀ ਕੀ ਹੈ ਬੁਖਾਰ ਤੇ ਤੁਹਾਨੂੰ ਨਹੀਂ ਹੈਗਾ ਅੱਛਾ ਤੇ ਕੀ ਹੈਗਾ ਜੀ ਫਿਰ ਇਹ ਤਰਾ ਮੂੰਹ ਖੋਲੋ ਹੈ ਮੂੰਹ ਤੇ ਖੋਲੋ ਫਿਰ ਕੋਗੇ ਮੂੰਹ ਖੋਲ ਲਿਆ ਯਾਰ ਤੂੰ ਮੂੰਹ ਤੇ ਖੋਲਣਾ ਇੱਕ ਵਾਰੀ ਨਾ ਬੁਸ਼ ਕਰਿਆ ਕਰ ਬੁਸ਼ ਕਰਿਆ ਕਰ ਨਾ ਚਲ ਖੈਰ ਮੂੰਹ ਖੋਲ ਰ ਆ ਇਹ ਭਾਜੀ ਬਾਜੀ ਵਾਲਾ ਕਰ ਰਹੀ ਮੈਂ ਬਿਮਾਰੀ ਵਾਲਾ ਗਿਆ ਅੱਛਾ ਜੀ ਆ ਕਦੋਂ ਨਾਲ ਆਇਆ ਉਹ ਕੋਲ ਆਇਆ ਜੀ ਮੂੰਹ ਖੋਲੋ ਆ ਉਹ ਤੇਰਾ ਬੁਲਾਇਆ ਤੂੰ ਕੱਲ ਉਹ ਤੂੰ ਕਿੰਨਾ ਕੁ ਬੋਲਣਾ ਤੇਰਾ ਤੇ ਕਾਂ ਹੀ ਪਿੱਛੇ ਚਲਾ ਗਿਆ ਉਹ ਖਾਣਾ ਖਾ ਕੰਮ ਚਲੇਗਾ ਮੈਂ ਕਬੂਤਰ ਲਵਾਇਆ ਅੰਦਰ ਉਹ ਖੋਲ ਦਾ ਆ ਆ ਉਹ ਬੇਲਾ ਗਰਾ ਕੋ ਬੱਚਿਆਂ ਦੇ ਕੱਪੜੇ ਵੀ ਪਏ ਨੇ ਹੈ ਕੁਝ ਖਾ ਗਿਆ ਸਵੇਰ ਦਾ ਉਸ ਨਾਮ ਚੈੱਕ ਕਰੋ ਤੁਸੀਂ ਕੀ ਕਰ ਰਹੇ ਹੋ ਡਾਕਟਰ ਸਾਹਿਬ ਮੇਰੀ ਹਾਲਤ ਬੜੀ ਸੀਰੀਅਸ ਹੈ ਨਹੀਂ ਮੈਨੂੰ ਲੱਗ ਰਿਹਾ ਤੁਹਾਨੂੰ ਬੁਖਾਰ ਵੈਸੇ ਨਹੀਂ ਹੈ ਤਾਂ ਫੀਚਰ ਨਹੀਂ ਤੁਹਾਨੂੰ ਤੇ ਵੈਸੇ ਤੋਂ ਵੈਸੇ ਹੀਟ ਹੋਈ ਹੈ ਜਿਸਮ 'ਚ ਨਾ ਨਹੀਂ ਹੀਟ ਕੀ ਮੈਂ ਤੰਦੂਰ ਤੇ ਬੈਠਾ ਰਿਹਾ ਹੋਰ ਹੋਰ ਕਰ ਦੋ ਹਾਏ ਆ ਬਾਜ਼ੂ 'ਚ ਦਰਦ ਹੋ ਰਹੀ ਹੈ ਖੱਬੇ ਬਾਜ਼ੂ 'ਚ ਵੀ ਦਰਦ ਹੈ ਆ ਖੱਬੇ ਓ ਯਾਰ ਇੱਕ ਤੇ ਤੁਸੀਂ ਵਾਕਈ ਡਾਕਟਰੀ ਕੀਤੀ ਹੀ ਹੈ ਮੈਂ ਤੈਨੂੰ ਕਰਕੇ ਬਹਾਨਾ ਹੋਣੇ ਕਿਹਾ ਜੀ ਮੈਂ ਤਾਂ ਤੁਸੀਂ ਤੂੰ ਹਰ ਬੰਦੇ ਨੂੰ ਜਾ ਕੇ ਦੱਸੇਗਾ ਕਿ ਡਾਕਟਰੀ ਕੀਤੀ
ਕੋਈ ਡੰਗਰ ਡਾਕਟਰ ਤਾਂ ਨਹੀਂ ਤੁਸੀਂ? ਭਾਈ ਚੈੱਕ ਵੀ ਤੇ ਲੇਲੀ ਕਰ ਰਹੇ ਆ ਨਾ, ਬੰਦਾ ਤੇ ਹੈ ਹੀ ਨਹੀਂ। ਸਰ ਦੇਖੋ ਤੁਹਾਡੀ ਮਿਹਰਬਾਨੀ ਹੈ ਕਿ ਡਾਕਟਰ ਸਾਹਿਬ ਮੈਂ ਬਚ ਜਾਵਾਂਗਾ ਨਾ, ਹੈ ਮੈਂ ਬਚ ਜਾਵਾਂਗਾ ਇਹ ਨਹੀਂ ਮੈਂ ਕਹਿ ਸਕਦਾ ਜੀ। ਇਹ ਮੈਡੀਕਲ ਸਾਇੰਸ ਕਹਿ ਸਕਦਾ ਕੀ ਮਤਲਬ? ਉਹ ਯਾਰ ਬਾਜ਼ੂ ਕੀ ਕਰੋ ਜੀ, ਹੈਲੋ ਜੀ, ਓਏ ਬਾਜ਼ੂ ਕੀ ਬਸ ਕੇ ਹੁੰਦੇ, ਬਾਜ਼ੂ ਰਹਿ ਨਹੀਂ ਗਏ ਜੀ। ਅੱਛਾ ਜੀ, ਬਾਜ਼ੂ ਭਰਾਵਾਂ ਨਾਲ ਹੁੰਦੇ ਸਰ। ਹਾਏ ਹਾਏ ਹਾਏ, ਹੁਣ ਭਰਾਵਾਂ ਕੋ ਚਲੇ ਜੀ ਲੈ ਕੇ ਸਾਰਾ ਕੁਝ ਜੀ, ਉਹ ਤਾਂ ਮਰ ਗਏ ਜੀ। ਹਾਂ ਇਹ ਕੀ ਵਾਹ, ਪਰ ਤੂੰ ਪਹਿਲੇ ਰੋ ਲੈ, ਮੈਂ ਬਾਅਦ ਚੈੱਕ ਕਰ ਲਾਂ। ਤੇ ਆਵਾਜ਼ ਕਿੱਥੋਂ ਆ ਰਹੀ ਹੈ? ਆ ਰਹੀ ਹੈ ਠਹਿਰ ਜੋ। ਅੱਛਾ ਅੱਜ ਤੇਰੇ ਕੋਲ ਮੇਰੇ ਕੋਲ ਹੀ ਕੁੱਛਿਆ ਨਾ ਨਾ ਚੁਗਲੀ ਉੱਥੋਂ ਪਰੇ ਹੋ ਜੀ ਜੀ, ਉਹ ਕੇ ਪਲ ਪਿਆ। ਹਾਏ ਹਾਏ, ਇਹ ਕੀ ਓਏ ਹੋਏ ਹੋਏ ਜੀ, ਨਹੀਂ ਕਹਦੇ ਹੋ ਨਹੀਂ ਡਾਕਟਰ ਸਾਹਿਬ, ਨਹੀਂ 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 ਚੱਲਣ ਦੇ ਲਿਆਓ। ਮੈਂ ਤੇਰੇ ਕਹਿਣ ਤੋਂ ਪਹਿਲੇ ਕਹਿ ਦਿੰਦਾ ਸੀ ਵੀ ਨਹੀਂ। ਉਹਦੀ ਜਿਹੜਾ ਬੀਪੀ ਹੈ ਨਾ ਤੁਹਾਡਾ, ਬਲੱਡ ਪ੍ਰੈਸ਼ਰ ਜੀ ਜੀ, ਉਹ ਅਲਹਮਦੁਲਿਲਾ। ਅੱਛਾ ਜੀ, ਅੱਲਾ ਦਾ ਸ਼ੁਕਰ ਹੈ ਮਾਸ਼ਾਅੱਲਾ ਕਿ ਉਹ ਠੀਕ ਨਹੀਂ ਆ ਰਿਹਾ ਹੈ, ਤੇ ਫਿਰ ਵੀ ਮੈਂ ਨਾ ਜੀ ਤੁਹਾਨੂੰ ਇੱਕ ਟੈਬਲੇਟ ਦੇਣਾ। ਅੱਛਾ ਜੀ, ਉਹ ਤੁਸੀਂ ਬਗਲ ਥੱਲੇ ਰੱਖਣੀ, ਬਗਲ ਥੱਲੇ ਜ਼ੁਬਾਨ ਵਾਲੀ ਮੇਰੇ ਕੋਲ ਹੈ ਨਹੀਂ ਅਸਲ। ਸਰ ਉਹ ਕੀ ਗੰਢਾ ਹੈ ਜੇ ਤੁਸੀਂ ਜੁਗਤਾ ਕਰਨਾ ਹੈ ਕਿ ਦਵਾਈ ਲੈਣਾ ਹੈ? ਭਾਈ ਸਾਹਿਬ ਤੁਸੀਂ ਵੀ ਤਾਂ ਬਗਲ 'ਚ ਰਖਾ ਰਹੇ ਹੋ ਗੋਲੀ। ਸਰ ਗੱਲ ਹੈ ਕਿ ਤੁਹਾਡਾ ਬੀਪੀ ਜਿਹੜਾ ਹੈ ਜੀ, ਅੱਛਾ ਜੀ, ਨੋਰਮਲ ਹੈ, ਸ਼ੁਕਰ ਹੈ ਅੱਲਾ ਤੇਰਾ ਹੈ ਜੀ। ਹਾਂਜੀ, ਉਹ ਸਮਝ ਨਹੀਂ ਆ ਰਹੀ ਕਿ ਤੁਹਾਨੂੰ ਪ੍ਰੋਬਲਮ ਹੋ ਕਿਉਂ ਰਹੀ ਹੈ। ਪ੍ਰੋਬਲਮ ਅੰਦਰੂਨੀ ਹੈ ਜੀ ਕੋਈ, ਫਿਰ ਹੈ ਅੰਦਰੂਨੀ, ਅੰਦਰੂਨੀ ਪ੍ਰੋਬਲਮ ਜੀ ਜੀ ਜੀ। ਅੱਛਾ, ਤੁਹਾਡਾ ਫਿਰ ਅਲਟਰਾਸਾਊਂਡ ਵਗੈਰਾ ਮੈਂ ਲਿਖ ਦਿਆਂ ਤੁਹਾਨੂੰ? ਅੱਛਾ ਜੀ, ਹੈ ਅਲਟਰਾਸਾਊਂਡ? ਉਹ ਤੇ ਔਰਤਾਂ ਸੇ ਨਹੀਂ ਹੁੰਦਾ, ਮਰਦਾਂ ਦਾ ਵੀ ਹੁੰਦਾ ਕੋਈ, ਲੇਡੀਜ਼ ਸਿਰਫ ਅਲਟਰਾਸਾਊਂਡ ਲੇਡੀਜ਼ ਲਈ ਬਣਿਆ ਹੈ। ਅੱਛਾ ਅੱਛਾ, ਠੀਕ ਫਿਰ ਇਹਨਾਂ ਤੋਂ ਸਰ ਬਸ ਇਹ ਪੁੱਲ ਦੇ ਥੱਲੇ ਰਹਿਣਾ ਜੀ। ਅੱਛਾ ਹੀ ਹੈ ਤੂੰ ਆਪਦੋ, ਮੈਂ ਠੀਕ ਲਾਣਾ ਉੱਥੇ ਉੱਥੇ ਜੋ ਰਹਿੰਦੇ ਪੁੱਲ ਥੱਲੇ, ਕਿਹੜੀ ਪੁੱਲ ਹੋ ਗਈ ਤੁਹਾਡੇ ਕੋਲ? ਅੱਛਾ ਘਰ ਹੈ ਉੱਥੇ ਕੋਈ? ਜੀ ਜੀ ਜੀ, ਅੱਛਾ ਘਰ ਹੈ ਤੁਹਾਡਾ? ਹਾਏ, ਪੁੱਲ ਥੱਲੇ ਰਹਿੰਦੇ ਹੋ ਜੀ? ਪੁੱਲ ਥੱਲੇ? ਅੱਛਾ, ਮੈਂ ਨਾ ਤੁਹਾਨੂੰ ਫਿਲਹਾਲ ਜੀ ਉਹ ਸਮਝ ਆ ਨਹੀਂ ਰਹੀ ਬਿਮਾਰੀ ਦੀ ਕਿ ਮਾਮਲਾ ਕੀ ਹੈ ਤੁਹਾਡਾ ਨਾ, ਤੇ ਕਦੇ ਅਸੀਂ ਡਾਕਟਰ ਦੀ ਕੀਤੀ ਹੈ? ਨਹੀਂ ਮੈਂ ਤੁਹਾਨੂੰ ਦੱਸਣਾ ਨਾ ਕਿ ਬੀਪੀ ਤੁਹਾਡਾ ਬਿਹਤਰੀਨ ਹੈ। ਅੱਛਾ ਜੀ, ਹਾਂਜੀ, ਬੁਖਾਰ ਤੁਹਾਨੂੰ ਨਹੀਂ ਹੈਗਾ? ਅੱਛਾ, ਠੀਕ ਹੈ। ਮੇਦੇ ਦਾ ਮੈਨੂੰ ਪ੍ਰੋਬਲਮ ਲੱਗ ਰਿਹਾ ਕਿਉਂਕਿ ਖਾ ਤੁਸੀਂ ਕਾਫੀ ਗਏ। ਹਾਂ ਨਹੀਂ ਜੀ, ਖਾਧਾ ਤਾਂ ਮੈਂ ਕੁਛ ਵੀ ਨਹੀਂ ਜੀ, ਹੈ ਕਿਸੇ ਦਾ ਹੱਕ ਨਹੀਂ ਕਦੇ ਖਾਧਾ। ਜਿੰਨੀ ਉਮਰ ਹੋ ਗਈ ਇੰਨੀ ਚੰਗੀ ਭਲੀਖੇ ਖਾ ਲਈ ਹੋਣੀ ਤੁਸੀਂ ਜੀ, ਖਾ ਲਈ ਵੀ ਕਿੰਨਾ ਖਾਧਾ ਕੁਛ? ਹੈ ਨਾ, ਮੈਂ ਤੁਹਾਨੂੰ ਕੋਈ ਟੈਸਟ ਲਿਖ ਕੇ ਦੇ ਰਿਹਾ। ਕੀ ਰਾਸ਼ਨ ਲਿਖਣ ਲੱਗੇ ਹੋ? ਹਾਂ ਜੀ, ਰਾਸ਼ਨ ਇੱਕ ਮੈਂ ਤੁਹਾਨੂੰ ਕੈਪਸੂਲ ਵੀ ਲਿਖ ਕੇ ਦਿਆਂਗਾ। ਅੱਛਾ ਜੀ, ਇਹ ਸਵੇਰ ਜਦੋਂ ਖਾਲੀ ਪੇਟ ਹੋਣਾ ਨਾ ਜੀ, ਜੀ ਜੀ, ਉਦੋਂ ਖਾ ਕੇ ਤੇ ਫਿਰ ਕੁਛ ਖਾਣਾ ਜੀ, ਆਹ ਕੈਪਸੂਲ ਖਾਣਾ ਜੀ। ਹੈ? ਅੱਛਾ, ਖਾਲੀ ਪੇਟ ਕੈਪਸੂਲ ਖਾ ਕੇ? ਗਰੀਬ ਆਦਮੀ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਿ ਖਾਲੀ ਪੇਟ ਖਾਣਾ, ਕਿਉਂਕਿ ਉਹ ਹੁੰਦਾ ਹੀ ਖਾਲੀ ਪੇਟ ਵਿਚਾਰਾ। ਹਾਂ ਤੇ ਹੈ ਜੀ, ਹੈ ਜੀ, ਬੇਸ਼ੱਕ। ਤੁਸੀਂ ਨਾ ਫਿਲਹਾਲ ਇਹ ਕੈਪਸੂਲ ਹੈਗਾ ਜੀ। ਅੱਛਾ ਜੀ, ਇਹ ਜਿਹੜਾ ਕੈਪਸੂਲ ਹੈ ਨਾ, ਇਹ ਤੁਸੀਂ ਖਾਲੀ ਜੇਬ ਖਾਣਾ ਹੈ। ਖਾਲੀ ਜੇਬ? ਆਹ ਕੀ ਮਤਲਬ? ਹੈ ਖਾਲੀ ਜੇਬ ਕੀ? ਜੇਬ ਤੋਂ ਕੋਈ ਪੈਸੇ ਵਗੈਰਾ ਉਹਨੇ ਕੱਢ ਕੇ ਤੇ ਫਿਰ ਖਾਣਾ ਹੈ। ਅੱਛਾ, ਇਹ ਕੋਈ ਉਹਦਾ ਤੋੜ ਹੈ? ਕਿਉਂਕਿ ਤੇਰੇ ਕੋਲ ਹੁਣੇ ਹੀ ਉਹਨੇ ਨੇ ਤੂੰ ਕੈਪਸੂਲ ਲੈ ਕੇ ਖਾ ਲੈਣਾ ਹੈ, ਠੀਕ ਹੈ ਜੀ। ਇਹ ਇੱਕ ਗੋਲੀ ਮੈਂ ਤੁਹਾਨੂੰ ਲਿਖ ਕੇ ਦੇ ਰਿਹਾ, ਇਹ ਪੇਨ ਕਿਲਰ ਹੈ। ਅੱਛਾ, ਕਿਹੜੀ ਕਲਰ ਹੈ ਜੀ? ਇਹ ਜਦੋਂ ਦਰਦ ਹੋਵੇ ਨਾ, ਹਾਂ ਇਹ ਨਹੀਂ ਖਾਣੀ, ਠੀਕ ਹੈ? ਅਜੇ ਮੈਂ ਦੂਜੀ ਲਿਖ ਰਿਹਾ ਹਾਂ, ਤੇ ਫਿਰ ਕੀ ਖਾਣਾ? ਉਹਨੂੰ ਥੱਲੇ ਲਿਖ ਰਿਹਾ ਇੱਕ, ਅਗਰ ਤੁਹਾਨੂੰ ਖੁਦਾ ਨਾ ਖਾਸਤਾ ਰਾਤ ਨੂੰ ਦਰਦ ਹੋਵੇ ਨਾ ਜੀ, ਜੀ ਜੀ, ਮੇਰੇ ਕੋਲ ਨਹੀਂ ਆਉਣਾ ਕਿਉਂਕਿ ਮੈਂ ਸੁੱਤਾ ਹੁੰਦਾ, ਕਿਤੇ ਹੋਰ ਦਫਾ ਹੋ ਜਾਣਾ ਤੁਸੀਂ, ਠੀਕ ਹੈ? ਇਹ ਕੀ ਕਰ ਰਹੇ ਹੋ ਡਾਕਟਰ ਸਾਹਿਬ? ਮੈਨੂੰ ਤੁਹਾਡੀ ਸਮਝ ਨਹੀਂ ਆ ਰਹੀ। ਨਹੀਂ ਆ ਰਹੀ? ਹਾਂ, ਮੈਨੂੰ ਦੇਰੀ ਨਹੀਂ ਆ ਰਹੀ। ਹੈ ਇਹ ਟੈਸਟ ਮੈਂ ਲਿਖ ਕੇ ਦੇ ਰਿਹਾ ਤੁਹਾਨੂੰ। ਅੱਛਾ ਜੀ, ਇਹ ਤੁਸੀਂ ਲੈ ਜਾਓ, ਇਹ ਕਰਵਾਉਣੇ ਨੇ ਨੀਚੇ? ਹੈ ਇਹ ਕਰਵਾਉਣੇ ਨੇ? ਨਹੀਂ, ਇਹ ਬਾਹਰ ਪਰਚੂਣ ਵਾਲਾ ਨਹੀਂ, ਇਹਨੂੰ ਵਿਖਾਣੇ ਨੇ ਭਾਜੀ, ਆਹ ਲਿਖ ਦਿੱਤੀ ਉਹਨਾਂ, ਆਹ ਕਰਵਾਉਣੇ ਹੋਏ। ਅੱਛਾ ਜੀ, ਇਹ ਮੈਂ ਲਿਖ ਕੇ ਦੇ ਰਿਹਾ ਤੁਹਾਨੂੰ ਜੀ ਜੀ। ਅੱਛਾ, ਇੱਕ ਸ਼ੱਕ ਹੈਗਾ, ਡਾਊਟ ਮੈਨੂੰ ਮਾੜਾ ਜਿਹਾ ਜੀ, ਉੱਥੇ ਲੰਮੇ ਪਵੋ ਜ਼ਰਾ ਜੀ। ਭਾਜੀ ਚੈੱਕ ਕਰਨਾ, ਤੈਨੂੰ ਖਾਬ ਵੇਖਣ ਦਾ ਨਹੀਂ ਕਹਿ ਜੀ? ਅੱਛਾ, ਹਾਂਜੀ, ਲੰਮੇ ਪਵੋ, ਠੀਕ ਹੈ ਜੀ, ਲੰਮੇ ਪਵੋ। ਚਾਦਰ ਮੈਂ ਨਾ ਸਵੇਰੇ ਧਵਾਈ ਹੈ ਸਰ, ਕੀ ਹੋ ਗਿਆ ਤੁਹਾਨੂੰ ਇੱਥੇ ਪੈਣਾ ਜੀ? ਇੱਥੇ ਮਾੜਾ ਜਿਹਾ ਵੀ ਦਾਗ ਆਇਆ ਨਾ, ਮੈਂ ਲੱਤਾਂ ਪਾਉਂਦਾ ਤੁਹਾਨੂੰ ਸਮਝਾਈ ਨਾ, ਬਾਈ ਚਾਦਰ ਬਹੁਤ ਬੁਰਾ ਲੱਗਦਾ ਨਾ, ਲੇਟੋ ਸੀ ਤੇ ਤਕੀਆ ਵਗੈਰਾ ਨਹੀਂ ਹੈਗਾ? ਤਕੀਆ ਹੈ? ਤਕੀਆ ਆਪਣੇ ਘਰ ਫੋਨ ਕਰੋ ਉਹਨੂੰ, ਤਕੀਆ ਕੰਬਲ ਤੇ ਉਹ ਸਾਰਾ ਕੁਛ ਮੰਗਾ ਲਓ ਇੱਥੇ ਜੀ, ਮੈਂ ਇੱਥੇ ਰਹਿਣਾ। ਗੱਲਾਂ ਇਹੀ ਕਰ ਰਹੇ ਵੀ ਤਕੀਆ ਵੀ ਦੇ ਦਈਏ ਨਾਲ, ਤੁਹਾਨੂੰ ਕੰਬਲ ਵੀ ਦੇ ਦਈਏ। ਅੱਛਾ, ਹੁਣ ਚੈੱਕ ਕਰੋਗੇ ਮੈਨੂੰ? ਸ਼ਨਾਤੀ ਘਰ ਹੈ ਤੁਹਾਡੇ ਕੋਲ? ਉਹ ਭੁੱਲ ਆਇਆ ਜੇ ਮੈਂ, ਹੈ ਭੁੱਲ ਆਇਆ ਜੇ ਮੈਂ ਸ਼ਨਾਤੀ ਘਰ ਹੈ? ਅੰਗੂਠੇ ਵੀ ਨਾ ਬੰਨ ਦੇਣਾ, ਸਾਹ ਲਵੋ। ਹਾਏ।
एक और साल है, आखिरी साल है मेरे, मतलब तीसरा। ओए ओए करो, खांसी करो, खांसी करो, खांसी खांसी। आए चलो जी रे आए, खांसी ना सारा उठ गया, तकलीफ बड़ी प्यारी चीज है। खांसी करो, एक बार और, खांसी तेरी बहुत मजेदार है। हाय जी, दिल करता सुनी जावा, मजेदार। दोबारा करो। ओए होए, चलिए पेट चेक कराओ जरा। हाय ओए, बाजी पेट दा ही मामला जी, तो लगता हराम भी पूरी जिम्मेदारी ना खाना है। जी जी, पेट इतना सख्त होया थे। हां तो ये सर सर पल्ले पकौड़ियां भी खा बैठा। की खा लिया? पल्ले पकौड़ियां। वो लगता छोटे भरा दा हक भी खा गए, दो तरह पेट दसन दे। हाय फ्रूट फ्रूट चाट पकौड़े। ओए होए, हाय ओए होए, पालक वाले पकौड़े सर। हां जी, पालक सही विच। अच्छा मैं तेरा हिसाब लाया जी, ढिड च काफी गल्ला लई फिरना है, गड़ियां तू किसने कीतियां नहीं। की डॉक्टर साहब की कह रहे हो? ਲੈ ਵੀ ਮੈਂ ਜਵਾਨ ਤੇਰਾ ਸਾਹਬ ਲਾ ਲਾ, ਬੋਲ ਜਰਾ। ਆ ਹੈ ਗੱਲ ਕਰਦੇ ਤੇ ਮੂੰਹ ਖੋਲ ਲੈਣਾ ਤੇ ਬਿੜੇ ਗਰ ਕੋਣਾ ਫਿਰ। ਡਾਕਟਰ ਸਾਹਬ ਕੀ ਕਰ ਰਹੇ ਬਰਾ? ਉੱਠ ਕੇ ਬੈਠ। ਆਈ ਉੱਠ ਕੇ। ਓਏ ਆਏ ਮਾਂ ਮੇਰੀਏ, ਹੱਥ ਵੀ ਪਵਾ ਦੀ ਦਾ। ਕੀ ਗੱਲ, ਦਾਵੜਾ ਚੁੱਕਣ ਦੇ? ਹੱਥ ਪਵਾ ਦੀ। ਚੱਲ ਡਾਕਟਰ ਸਾਹਿਬ, ਮੈਨੂੰ ਤੁਹਾਡੇ ਕੋਲ ਸਮਝ ਨਹੀਂ ਆ ਰਹੀ, ਕੌਣ ਹੋ ਤੁਸੀਂ? ਤੈਨੂੰ ਮੈਂ ਦੱਸਾਂਗਾ, ਠਹਿਰ। ਆਏ ਕਿਸੇ ਨੂੰ ਦੱਸੀ ਨਾ ਹੈ, ਕਮਰ ਪਰੇ ਕਰ। ਆਏ ਜੀ ਬਾਜੀ, ਸਾਲ ਹੈ ਹੋਰ ਸਾਲ ਤੇ ਦੁਨੀਆ ਨੂੰ ਸਾਹ ਨਹੀਂ ਆਉਣ ਡਿਆ, ਸਾਹ ਲਈ ਜਾਂਦੇ ਨਹੀਂ ਗਿਆ। ਹੈ ਚੱਲ, ਹਾਏ ਓਏ ਹੋ, ਹਾਏ ਕੋ ਪਤਾ ਲੱਗਾ ਹੈ? ਹੈ ਕੁਛ ਪਤਾ ਲੱਗਾ ਹੈ? ਪਤਾ ਲੱਗਾ, ਮੁੰਡਾ ਘਲਾਇਆ ਮੈਂ ਕਿਹ ਲੱਗ ਲੈ ਦੇ ਪਤਾ ਟੈ। ਓਏ ਹੋਏ, ਹਾਏ ਕੋਈ ਆਵਾਜ਼ਾਂ ਆ ਰਹੀਆਂ? ਆਵਾਜ਼ਾਂ ਹੈ, ਆਵਾਜ਼ਾਂ ਹਾਏ ਓਏ, ਤੇਰੇ ਅੰਦਰ ਤੇ ਲੱਗਦਾ ਮੌਕਲ ਵੀ ਨਹੀਂ। ਨਾ ਜੀ, ਕਾਫੀ ਆਵਾਜ਼ਾਂ ਆ ਰਹੀਆਂ, ਨਹੀਂ ਕੋਈ ਲੋਕਲ ਨਹੀਂ। ਸਾਹ ਲੈ ਲੋ, ਬਿਲਵੇ ਹੋਰ ਲੰਬੇ ਲੈ, ਲੰਬੇ ਕੇ ਮੋਟਰਵੇ ਤੇ ਚੜ ਜਾ। ਤੁਹਾਡੀ ਜਿਹੜੀ ਬਿਮਾਰੀ ਹੈ ਨਾ ਜੀ, ਜੀ ਜੀ, ਉਹ ਤੇ ਤੁਸੀਂ ਬੇਫਿਕਰ ਹੋ ਜਾਓ, ਹਾਲੇ ਤੱਕ ਸਮਝ ਨਹੀਂ ਆਈ। ਹੈ ਤੇ ਇੰਨੀ ਦੇਰ ਖੇਡਦੇ ਰਹੇ ਹੋ? ਤੁਹਾਨੂੰ ਮੈਂ ਤਿੰਨ ਟੈਸਟ ਹੋਰ ਲਿਖ ਕੇ ਦੇ ਰਿਹਾ। ਤਿੰਨ ਟੈਸਟ ਹੋਰ? ਜੀ 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 ਜੀ, ਨਾਲ T20 ਵੀ ਲਿਖ ਕੇ ਦੇ ਰਿਹਾ। T20 ਮੈਚ ਹੈ? ਉਹ ਯਾਰ ਟੈਸਟ ਹੈਗਾ। ਹਾਏ, ਇਹ ਲਿਪਿਡ ਪ੍ਰੋਫਾਈਲ ਵੀ ਕਰਾਣਾ ਤੁਸੀਂ? ਅੱਛਾ ਜੀ, ਠੀਕ ਹੈ ਜੀ। LFT ਵੀ ਕਰਵਾਉਣਾ? ਓਕੇ, ਇਹ ਜਨਾਬ ਟੈਸਟ ਨੇ ਤੁਹਾਡੇ? ਜੀ ਜੀ। ਤੇ ਇਹ ਕੁਛ ਮੈਡੀਸਨ ਮੈਂ ਲਿਖੀ ਹੈ। ਅੱਛਾ ਜੀ, ਠੀਕ ਹੈ ਨਾ। ਇਹ ਟੈਸਟ ਇੱਥੇ ਹੀ ਹੋਣਗੇ? ਇੱਥੇ ਹੀ ਆ, ਬਾਹਰ ਲੈਬੋਰਟਰੀ ਉਹਦੇ ਨਾਲ। ਅੱਛਾ ਜੀ, ਠੀਕ ਹੈ ਜੀ, ਸਾਡੀ ਆਪਣੀ ਲੈਬੋਰਟਰੀ ਹਸਪੀਟਲ ਦੀ। ਠੀਕ ਹੈ ਠੀਕ ਹੈ ਜੀ, ਟੈਸਟ ਕਰਾ ਕੇ ਤੇ ਫੌਰੀ ਜਾਓ, ਘੰਟੇ ਤੁਹਾਨੂੰ ਰਿਪੋਰਟ ਦੇ ਦੇਣਗੇ। ਠੀਕ ਹੈ ਜੀ, ਤੇ ਮੈਂ ਫਿਰ ਤੁਹਾਨੂੰ ਜਨਾਬ ਦੁਬਾਰਾ ਚੈੱਕ ਕਰ। ਤੇ ਮੈਂ ਠੀਕ ਹੋ ਜਾਵਾਂਗਾ ਨਾ ਜੀ? ਹੈ ਜੀ, ਠੀਕ ਹੋ ਜਾਵਾਂਗਾ ਨਾ? ਹੈ, ਮੈਂ ਠੀਕ ਹੋ ਜਾਵਾਂਗਾ ਨਾ? ਨਹੀਂ ਨਹੀਂ, ਤੁਸੀਂ ਇਨਸ਼ਾਅੱਲਾ ਹੋ ਜਾਓਗੇ। ਹਾਂ ਸ਼ੁਕਰ ਹੈ, ਹੈ ਸ਼ੁਕਰ ਹੈ, ਹਾਂ ਹੋ ਜਾਓਗੇ, ਠੀਕ ਹੋ ਜਾਓਗੇ, ਸ਼ੁਕਰ ਹੈ। ਫਿਰ ਮੈਂ ਕੱਲ ਠੀਕ ਦਿਆਂਗਾ ਵੇਖੀ ਤੂੰ। ਜੀ ਜੀ, ਲਓ ਟੈਸਟ ਕਰਾ ਕੇ ਤੇ ਇੱਧਰ ਜਾਣਾ ਹੈ। ਠੀਕ ਹੈ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ, ਬੈਠ ਸਕਣਾ ਜੀ? ਹਾਂ ਜੀ ਬੈਠੋ। ਸਰ ਇਹ ਕੁਛ ਦੇਖੋ, ਹੈ ਟੈਸਟ ਨੇ? ਹਾਂ ਜੀ ਹਾਂ ਜੀ, ਇੰਨਾ ਸਹੀ ਹਾਸਲ ਹੋਇਆ ਤੁਹਾਡੇ ਕੋਲ? ਅੱਛਾ ਜੀ ਅੱਛਾ, ਇਹ ਦਸਤਾਨੇ ਕਿਉਂ ਪਾਏ ਜੀ? ਮੇਰੀ ਜਾਨ, ਤੁਹਾਡਾ ਪਲਾਂ ਪਾਉਂਦੇ ਨੇ ਲੈਬਾਰਟਰੀ ਵਾਲੇ, ਜਾਂ ਤੁਹਾਡੇ ਹੱਥ ਗੰਦੇ ਨੇ, ਜਾਂ ਮੈਂ ਗੰਦਾ ਵਾਂ? ਤੁਹਾਡੀ ਸੋਚ ਗੰਦੀ ਹੈ ਜਨਾਬ, ਕੈਸੀਆਂ ਗੱਲਾਂ ਕਰ ਰਹੇ ਹੋ? ਅੱਛਾ, ਤੁਸੀਂ ਡਾਕਟਰ ਸਾਹਿਬ ਹੀ ਹੋ? ਨਹੀਂ, ਮੈਂ ਇੱਥੇ ਮੱਝਾਂ ਨੂੰ ਖੁਰੀਆਂ ਲਾਉਣਾ। ਮਾਸ਼ਾਅੱਲਾ, ਤੇ ਕੀ ਇਹ ਟੈਸਟ ਨੇ ਕੁਝ ਦੇਖੋਗੇ? ਹਾਂ ਜੀ, ਟੈਸਟ ਦੇਖ ਲਿੱਤੇ ਨੇ, ਬਾਜ਼ੂ ਉੱਪਰ ਕਰੋ ਜੀ। ਕੀ ਮਾਮ ਤੇ ਆਏ ਹੋ? ਮੈਂ ਕਿਹੜੇ ਬਗਲਾਂ ਲਵਾਣੀ ਹੈ? ਮੈਂ ਕਿਹੜੇ ਪਿੱਛੋਂ ਆਵਾਜ਼ ਆ ਰਹੀ? ਫਾਇਰ ਫਾਇਰ ਕੀ? ਬਾਰਡਰ ਤੇ ਖਲੋਤੇ ਹੋ? ਮੈਂ ਤੁਹਾਡਾ ਬਲੱਡ ਸੈਂਪਲ ਲੈਣਾ ਹੈ, ਸੈਂਪਲ ਲੈਣਾ ਤੁਹਾਡਾ। ਬਲੱਡ ਲੈਣਾ ਮੇਰਾ? ਹਾਂ ਜੀ। ਇਹ ਸੁਮਰੇ ਕਿੰਨਾ ਕੁ ਬਲੱਡ ਹੋਏਗਾ ਮੇਰੇ 'ਚ? ਹੋਰ ਕੀ, ਤੁਹਾਡੇ ਥੁੱਕ ਤੋਂ ਤੁਹਾਡੇ ਟੈਸਟ ਕਰ ਦਈਏ? ਇਹ ਤੁਹਾਡੇ ਟੈਸਟ ਨੇ? ਅੱਛਾ ਜੀ, ਸਾਰੇ ਟੈਸਟ ਨੇ? ਹਾਂ ਜੀ, ਇਹ ਤੁਹਾਡਾ ਬਲੱਡ ਲੈਣਾ ਪੈਣਾ। ਸਰ ਦੇਖ ਲਓ, ਕੁਛ ਹੋਰ ਲੈ ਲਓ, ਕੋਈ 2-400 ਲੈ ਲਓ। ਉਹ 2-400 ਨਹੀਂ ਹੈ, 2-400 ਨਹੀਂ ਹੈ, ਬੜਾ ਮਹਿੰਗਾ ਕੰਮ ਹੈ ਭਾਜੀ। ਬਲੱਡ? ਹਾਂ ਜੀ। ਅੱਗੇ ਵੇਚਣਾ ਜੀ? ਉਹ ਮੇਰੀ ਜਾਨ, ਇੱਥੋਂ ਪਤਾ ਲੱਗੇਗਾ ਤੁਹਾਨੂੰ ਬਿਮਾਰੀ ਕੀ ਹੈ? ਅੱਛਾ ਅੱਛਾ, ਇਹਦੇ ਤੋਂ ਪਤਾ ਲੱਗੇਗਾ? ਹਾਂ ਜੀ, ਡਾਕਟਰ ਸਾਹਿਬ ਨੇ ਲੈਣੇ ਸਾਡੇ। ਹਾਂ ਜੀ, ਇਹਨਾਂ ਨੂੰ ਤੁਸੀਂ ਈਜ਼ੀ ਨਹੀਂ ਲੈਣਾ? ਨਹੀਂ ਜੀ, ਮੈਂ ਉਹਨਾਂ ਨੂੰ ਬਹੁਤ ਈਜ਼ੀ ਲੈ ਰਿਹਾ। ਉਹ ਮੇਰੀ ਜਾਨ, ਇਹ MBBS ਡਾਕਟਰ ਨੇ, ਇਹਨਾਂ ਨੇ ਸਾਰੀ ਤਾਲੀਮ ਬਾਹਰ UK ਤੋਂ ਹਾਸਲ ਕੀਤੀ ਹੈ। ਅੱਛਾ ਜੀ। ਹਾਂਜੀ,
ਫਿਰ ਟੈਸਟ ਸਹੀ ਲਿਖੇ ਹੋਣਗੇ ਉਹਨਾਂ ਨੇ ਇੱਥੇ ਤੇ ਸਕੂਲ ਚ ਉਹਨਾਂ ਨੂੰ ਕਿਸੇ ਨੇ ਦਾਖਲਾ ਹੀ ਨਹੀਂ ਸੀ ਦਿੱਤਾ ਅੱਛਾ ਉਹ ਸਾਰੀ تعلیم ਹੀ ਉਹਨਾਂ ਨੇ ਬਾਹਰੋਂ ਲਿੱਤੀ ਹੈ ਮਾਸ਼ਾਅੱਲਾ ਬਾਹਰੋਂ ਤੁਸੀਂ ਉਹਨਾਂ ਨੂੰ ਇਜ਼ੀ ਲੈ ਰਹੇ ਹੋ ਡਾਕਟਰ ਸਾਹਿਬ ਆਪ ਕੀ ਕਰ ਰਹੇ ਹੋ ਤੁਸੀਂ ਤੇ ਆਸ-ਆਸ ਤਾਂ ਕੱਪੜੇ ਵਾਲੇ ਟੁਰ ਪਏ ਉਹ ਜਨਾਬ ਕੱਪੜੇ ਲਾਓਗੇ ਤੇ ਤੁਹਾਡਾ ਖੂਨ ਉਹ ਕੱਪੜੇ ਕਾਦੇ ਲਾਈਏ ਭਾਈ ਕੀ ਹੋ ਗਿਆ ਡਾਕਟਰ ਸਾਹਿਬ ਤੁਸੀਂ ਠੀਕ ਹੈ ਲੋ ਹਾਂਜੀ ਖੂਨ ਕੱਢਣ ਲੱਗੇ ਹਾਂਜੀ ਚਲੋ ਜੀ ਜ਼ਰਾ ਤਕਲੀਫ ਹੋਏਗੀ ਜ਼ਰਾ ਬਰਦਾਸ਼ਤ ਕਰਨਾ ਜੀ ਦੇਖ ਲੈਣਾ ਜੀ ਬੜੀਆਂ ਤਕਲੀਫਾਂ ਬਤਾਰ ਜ਼ਿੰਦਗੀ 'ਚ ਕੀਤੀਆਂ ਨੇ ਭਾਜੀ ਮੂੰਹ ਉਧਰ ਕਰੋ ਜ਼ਰਾ ਇਹ ਲੱਕ 'ਚ ਖੁਰਕ ਕਰਨੀ ਸਾਰਾ ਹੀ ਕੱਢ ਲਿਆ ਜੇ ਨੱਪ ਕੇ ਰੱਖੋ ਨੱਪ ਕੇ ਰੱਖੋ ਨੱਪ ਕੇ ਨੱਪਾਂ ਕੀ ਵਿਚ ਰਹਿ ਕੁਛ ਨਹੀਂ ਗਿਆ ਤੁਸੀਂ ਹੁਣ ਜਾ ਸਕਦੇ ਹੋ ਖੂਨ ਕਢਾ ਕੇ ਬਾਹਰ ਬੈਠੋ ਮੈਂ ਤੁਹਾਨੂੰ ਰਿਪੋਰਟ ਦਿੰਦਾ ਜੀ ਤੇ ਖੂਨ ਕਿੱਥੇ ਮੇਰਾ ਖੂਨ ਤੁਸੀਂ ਉਹਦੇ ਨਾਲ ਤਵੀਜ਼ ਲਿਖਨੇ ਨੇ ਤੁਹਾਡਾ ਕੀ ਕੰਮ ਹੈ ਤੁਸੀਂ ਬਾਹਰ ਬੈਠੋ ਮੈਂ ਤੁਹਾਨੂੰ ਰਿਪੋਰਟ ਦਿੰਦਾ ਤੁਹਾਡੀ ਸਾਰਾ ਹੀ ਕੱਢ ਲਿਆ ਸੂ ਖੂਨ ਫੋਏ ਮਨਵਰ ਦੀ ਮਨਾ ਸਰ ਸਰ ਇਹ ਤੁਹਾਡੀ ਰਿਪੋਰਟ ਆ ਗਈ ਜੀ ਸਹੀ ਬੜੀ ਮਿਹਰਬਾਨੀ ਜੀ ਇਹ ਡਾਕਟਰ ਸਾਹਿਬ ਨੂੰ ਤੁਸੀਂ ਦਿਖਾ ਲਓ ਅੱਛਾ ਜੀ ਤੇ ਉਹ ਦੱਸ ਦੇਣੇ ਤੁਹਾਨੂੰ ਅੱਛਾ ਜੀ ਹਾਂਜੀ ਰੱਖਦੀ ਮੈਨੇ ਯਾਰ ਰਿਪੋਰਟ ਯਾਰ ਇੰਨਾ ਟਾਈਮ ਲਾਤਾ ਤੁਸੀਂ ਭਾਈ ਬਸ ਜੀ ਡਾਕਟਰ ਸਾਹਿਬ ਟੈਸਟਾਂ ਦੇ ਪੈਸੇ ਕੁਝ ਜ਼ਿਆਦਾ ਸਨ ਅੱਛਾ ਜੀ ਮੈਂ ਕੋਈ ਚਾਰ ਮੱਲੇ ਦੇ ਬੰਦੇ ਲਿਆਇਆ ਨਾਲ ਇਲਾਕੇ ਦਾ ਕੌਂਸਲਰ ਵਿੱਚ ਪਾਇਆ ਕੋਈ ਟੈਸਟਾਂ ਦੇ ਪੈਸੇ ਕਟਵਾਏ ਨੇ 2400 ਰੁਪਇਆ ਫਿਰ ਉਹਨਾਂ ਨੇ ਲਿਆ ਇੰਨੀ ਦੇਰ ਬੰਦੇ ਘੱਟ ਕਰਨ ਤੇ ਲਾ ਦਿੱਤੀ ਜੀ ਡਾਕਟਰ ਸਾਹਿਬ ਕੀ ਕਰੀਏ ਫਿਰ ਟੈਸਟ ਬਹੁਤੇ ਸਨ ਯਾਰ ਟੈਸਟ ਆਈ ਉੱਥੇ ਕਤਲ ਦਾ ਫੈਸਲਾ ਸੀ ਨਹੀਂ ਨਹੀਂ ਮੈਂ ਕਿਹਾ ਚਲੋ ਕੋਈ ਰਾਹਤ ਹੋ ਜਾਏਗੀ ਨਾ ਤੋ ਬੰਦੇ ਇਕੱਠੇ ਕਰਦੇ ਰਹੇ ਪਹਿਲੇ ਉਹ ਬੰਦੇ ਵਿੱਚ ਪਾ ਕੇ ਫਿਰ ਪੈਸੇ ਕਟਾ ਕੇ ਜੀ ਫਿਰ ਟੈਸਟ ਕਰਾ ਕੇ ਉਹ ਤਾਂ ਲੇਟ ਹੋ ਗਿਆ ਮੈਂ ਜੀ ਗੁੱਡ ਯਾਰ ਸ਼ਾਬਾਸ਼ ਬਸ ਅੱਲਾ ਖੈਰ ਕਰੇ ਹੁਣ ਸਤੇ ਖੈਰਾ ਹੁਣ ਬੜੀ ਗੱਲ ਹੈ ਕੋਈ ਐਸਪੀ ਸਾਹਿਬ ਨੂੰ ਵੀ ਕੋਈ ਦਰਖਾਸਤ ਦੇ ਹੋਣੀ ਸੀ ਮੈਂ ਟੈਸਟ ਕਰਾਉਣ ਚੱਲਾ ਅੱਛਾ ਐਸਪੀ ਸਾਹਿਬ ਨੂੰ ਮੈਂ ਕਦੋਂ ਦਰਖਾਸਤ ਦੇਣੀ ਮੈਂ ਨਾ ਉਹਨੇ ਕੋਈ ਟੈਸਟ ਕਰਾਉਣ ਚੱਲਾ ਬੰਦਾ ਕੋਈ ਦਰਖਾਸਤ ਲੜ ਪਈ ਕਿਸੇ ਨਾਲ ਲੱਦ ਹੋ ਗਈ ਇੰਨੇ ਬੰਦੇ ਕਾਹਦੇ ਲਈ ਇਕੱਠੇ ਕਰ ਲਏ ਯਾਰ ਕੋਈ ਪਰਚਾ ਹੋ ਗਿਆ ਤੇਰੇ ਤੇ ਐਫ ਆਈ ਆਰ ਸੀ ਡਾਕਟਰ ਸਾਹਿਬ ਰਾਇਤ ਕਰਵਾਉਣੀ ਸੀ ਖੱਦ ਹੋ ਗਈ ਯਾਰ ਰਾਇਤ ਵੀ ਕਰਾ ਲਈ ਤੁਸੀਂ ਲੋਕਾਂ ਨੇ ਬਸ ਅੱਗੋਂ ਖੁਸ਼ਖਬਰੀ ਸੁਣਾਓ ਕੋਈ ਅੱਲਾ ਖੈਰ ਕਰੇ ਲਓ ਯਾਰ ਵੈਰੀ ਗੁੱਡ ਹੋ ਗਿਆ ਲਓ ਜੀ ਆਪਣਾ ਭਾਈ ਜੀ 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 ਟੈਸਟ ਤੇ ਮਾਸ਼ਾਅੱਲਾ ਤੁਹਾਡੇ ਸਾਰੇ ਕਲੀਅਰ ਆਏ ਨੇ ਹੈਂ ਕੁਝ ਵੀ ਨਹੀਂ ਆਇਆ ਬਿਲਕੁਲ ਕਲੀਅਰ ਸਾਰੇ ਗੁਰਦੇ ਵੀ ਤੁਹਾਡੇ ਠੀਕ ਕੰਮ ਕਰ ਰਹੇ ਨੇ ਜਿਗਰ ਵੀ ਮਾਸ਼ਾਅੱਲਾ ਮੇਦਾ ਵੀ ਠੀਕ ਕੰਮ ਕਰ ਰਿਹਾ ਕੀ ਮਤਲਬ ਵੈਰੀ ਗੁੱਡ ਯਾਰ ਸਾਰੇ ਟੈਸਟ ਕਲੀਅਰ ਆਏ ਨੇ ਇਹਦੇ ਚ ਕੁਝ ਨਹੀਂ ਆਇਆ ਨਹੀਂ ਨਹੀਂ ਕੱਖ ਵੀ ਨਹੀਂ ਆਇਆ ਵੈਰੀ ਗੁੱਡ ਮੁਬਾਰਕ ਹੋਵੇ ਤਾਂ ਕਾਦੀ ਮੁਬਾਰਕ ਹੈ ਕਾਦੀ ਮੁਬਾਰਕ ਕੀ ਮੁਬਾਰਕ ਹੋਵੇ ਨਹੀਂ ਆਇਆ ਟੈਸਟ ਵਾਲਾ ਕੁਝ ਵੀ ਓਏ ਕੁਝ ਨਹੀਂ ਆਇਆ ਇਹਨੂੰ ਗੋਲੀ ਮਾਰੋ ਹੈ 2400 ਰੁਪਏ ਮੇਰਾ ਲੱਗ ਗਿਆ ਵਿੱਚ ਕੁਝ ਨਹੀਂ ਆਇਆ ਕੀ ਮਤਲਬ ਵਿੱਚ ਕੀ ਆ ਜਵੇ ਫਿਲਮ ਆ ਜਵੇ ਡਾਕਟਰ ਸਾਹਿਬ ਗੱਲ ਦਾ ਮਕਸਦ ਹੈ 2400 ਰੁਪਏ ਇੱਕ ਰਕਮ ਹੈਗੀ ਹੈ ਹਾਂ ਤੇ ਇਹਦੇ 'ਚ ਕੁਛ ਵੀ ਨਹੀਂ ਆਇਆ ਦੱਸੋ ਇਹ ਇੱਕ ਕਾਦੀ ਡਾਕਟਰੀ ਹੈ ਤੁਹਾਡੀ ਜਾਨੀ ਕਿ ਤੈਨੂੰ ਇਹ ਮਸਲਾ ਹੈ ਕਿ ਇਹਦੇ 'ਚ ਕੋਈ ਬਿਮਾਰੀ ਨਹੀਂ ਆਈ ਇਹ ਪ੍ਰੋਬਲਮ ਹੈ ਜੀ ਜੀ ਕੁਛ ਆਣਾ ਚਾਹੀਦਾ ਸੀ ਮੈਂ ਪੁੱਤਰ ਦਾ ਸ਼ੁਕਰ ਅਦਾ ਕਰੋ ਇਹ ਤੈਨੂੰ ਬਿਮਾਰੀ ਕੋਈ ਨਹੀਂ ਖਾਣਾ ਖਰਾਬ ਦੇ ਪੁੱਤਰਾ ਇਹ ਸ਼ੁਕਰ ਅਦਾ ਕਰਕੇ ਰਿਪੋਰਟਾਂ ਕਲੀਅਰ ਆ ਗਈਆਂ ਤੇਰੀਆਂ ਯਾਰ ਰਿਪੋਰਟਾਂ ਕਲੀਅਰ ਨੂੰ ਮੈਂ ਕੀ ਕਰਾਂ ਡਾਕਟਰ ਸਾਹਿਬ ਹਾਂ 2400 ਰੁਪਏ ਮੇਰਾ ਲੱਗ ਗਿਆ ਮੈਂ ਪੂਰੇ ਮੱਲੇ ਨੂੰ ਕਹਾਂਗਾ ਕਿ ਡਾਕਟਰ ਸਾਹਿਬ ਸਿਰਫ ਪੈਸੇ ਲੈ ਲੈਂਦੇ ਨੇ ਬਿਮਾਰੀ ਕੋਈ ਨਹੀਂ ਵਿਚਾਂਦੀ ਤੇਰਾ ਕੀ ਖਿਆਲ ਹੈ ਤੂੰ ਬਿਮਾਰੀ ਗਾਣੀ ਚਾਹੀਦੀ ਸੀ ਅਜੀਬ ਬਿਮਾਰੀ ਤਾਂ ਕੋਈ ਆਵੇ ਹੈ ਉਹ ਤੇਰਾ ਦਿਮਾਗ ਠੀਕ ਆ ਤੂੰ ਕੌਣ ਪਾਗਲ ਤੇ ਨਹੀਂ ਤੂੰ ਡਾਕਟਰ ਸਾਹਿਬ ਮੈਂ ਸਾਈਕੋ ਕੇਸ ਹੈ ਤੂੰ ਡਾਕਟਰ ਸਾਹਿਬ ਮੈਂ ਤੇ ਜੇ ਬੱਚੇ ਦੀ ਫੀਸਾਂ ਦੇਣੀਆਂ ਨੇ ਮੇਰਾ 2400 ਲੱਗ ਗਿਆ ਹੈ ਮੇਰਾ ਵੱਡਾ ਬੇਟਾ ਜਿਹੜਾ ਵਕਾਲਤ ਕਰ ਰਿਹਾ ਉਹਦੀ ਵੀ ਫੀਸ ਦੇਣੀ ਤੂੰ ਉਹਦੀ ਵੀ ਮੈਂ ਫੀਸ ਦੇਣੀ 2400 ਚੋਂ 2400 ਚੋਂ ਓਏ ਹੋਏ ਹੋ ਬੱਚੀ ਵੀ ਵਿਆਹੀ ਸੀ ਇਹਦੇ ਚੋਂ ਮੈਂ ਕਹਿੰਦਾ ਬੱਚੇ ਦੀ ਮੰਗਣੀ ਹੈ ਪਰਸੋਂ ਤੁਸੀਂ ਮੇਰਾ 2400 ਰੁਪਇਆ ਲਵਾਤਾ ਹੈ ਤੇ ਵਿੱਚ ਆਇਆ ਕੁਝ ਨਹੀਂ ਨਹੀਂ 2400 ਰਕਮ ਜੋ ਬਹੁਤ ਵੱਡੀ ਹੈ 1933 ਵਾਲੀਆਂ ਗੱਲਾਂ ਕਰ ਰਿਹਾ ਤੂੰ 2400 ਤੂੰ ਕਿੰਨਾ ਕੰਮ ਕਰਨਾ ਤੂੰ ਡਾਕਟਰ ਸਾਹਿਬ ਤੁਸੀਂ ਬੇਸ ਸ਼ੁਕਰ ਨਹੀਂ ਤਾਂ ਕਰ ਰਹੇ ਕਿ ਆਏ ਬਿਮਾਰੀ ਕੋ ਨਹੀਂ ਆਈ ਤੇਰੀ ਰਿਪੋਰਟ ਉਹ ਮੈਂ ਕਿਹਾ ਦਾ ਸ਼ੁਕਰ ਕਰਾਂ ਡਾਕਟਰ ਸਾਹਿਬ 2400 ਰੁਪਏ ਦਾ ਮੇਰਾ ਕਿਹੜਾ ਕਰਾਤਾ ਜੀ ਮੇਰਾ ਉਹ ਤੂੰ ਕੌਣ ਹੈ ਯਾਰ ਤੂੰ ਕਿੱਥੋਂ ਆਇਆ ਤੂੰ ਦੱਸੋ ਯਾਰ ਲਾ ਕੋਈ ਨਾ ਗੁਰਦਾ ਖਰਾਬ ਨਾ ਪਿੱਤਾ ਖਰਾਬ ਨਾ ਪੇਪੜੇ ਖਰਾਬ ਕੁਝ ਵੀ ਨਹੀਂ ਵਿੱਚ ਆਇਆ ਤੂੰ ਪੈਸੇ ਲਵਾਤਾ ਜੀ ਮੇਰੇ
मेरे पैसे कतल लवाते जे आए कुछ नहीं बीच केस डॉक्टर को ना जाना मैं कहना पूरे इलाके नु कहंगा डॉक्टर को ना जाना हां पैसे लवा देंदा आंदा बीच कुछ नहीं कोई बीमारी नहीं आंदी ओ तू कौन है ओए मेरा दिमाग खराब कर दोगे यार टाइम जाया कीता मेरा पुत्र अटकड़ा है टाइम जाया पूरी दुनिया से रहना तू खाना खराब दे पुत्रा मेरा 2400 दियो मैं जावा तू हिसाब ना कहते मेरे को 2400 तो नहीं लेना यार हाले मैं अपनी फीस लेनी तेरे को लो हाले टेस्टन पैसे दे के जी 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 लड़े नहीं फीस है फीस का लेनी जो तो मैंने कोई बीमारी नहीं की मैंने तो दुख है मैनू लगता तू इतो चले जाना तो मेरे पैसे मेरे से लग जाने तू मेरा बीपी हाई कर रहा है मैं तो सही कह रहा दवा बड़ी जिम्मेदारियां ने मेरे से डॉक्टर साहब बड़ी जिम्मेदारियां ने 2400 रुपया की जिम्मेदारियां तेरे से मतलब कि तू ये चुकी की करना तू मैं इधर कपड़े नहीं बनाने बच्चों के मैं तो भी कदने मुमरे से भी जाना है ना मन देओ मेरे पैसे मैं जावा बीमारी कोई नहीं अंदर है मैं टाइम से आया कीता जे मन दे तेरी मिट्टी भरा देना बीमारी कोई तू खाना खराब किया पुत्रा तू कौन है मेरे पैसे लेके जाते है फीस देनी तुझे मेरी मेरा 2400 रुपया दियो डॉक्टर साहब कहना अजरा लवाया जी ओ फिर तो तू खाना खराब दिया पुत्र तेरे 2400 रुपया दिया मैं तेरा दिमाग ठीक है तू कौन है तू पागल दिया पुत्र मेरा बीपी है मेरी शरीयान फट जाएगी ओए पहला पेशेंट देखा मैं खाना खराब का पुत्र दियो उठ बिल्कुल अगर नहीं है डॉक्टर साहब देखो तू भी समझदार हो अरे कुछ आया है उठ ओए तू उठ उठ कर खाना खराब दिया पुत्र पता नहीं स्टेटस को मारेगा निकल निकल तेरे मर जाने हो जाए निकल बाहर निकल निकल मत तो भाई यार ओए होए होए क्या मेरा कर